सर पुलिस पार्टी लोहगढ़ चौंक मौजूद सी जदों सूचना मिली कि तीन व्यक्ति आ जिहड़े नूरपुर हकीमा दे आ जिन्हां दा नाम कुलदीप सिंह बिंदू ते राणा आ ਉਹ ਨਜਾਇਜ਼ ਅਲਕੋਹਲ ਲੈ ਕੇ ਆਉਂਦੇ ਆ ਅਤੇ ਇੱਥੇ ਵੱਧ ਮਾਤਰਾ 'ਚ ਪਾਣੀ ਮਿਲਾ ਕੇ ਅਤੇ ਅੱਗੇ ਵੇਚਦੇ ਆ ਅਤੇ ਇਤਲਾਹ ਇਹ ਮਿਲੀ ਸੀ ਕਿ ਵੀ ਕੈਂਟਰ ਦਾ ਨੰਬਰ ਹੈਗਾ PB08YY2511 ਅਤੇ ਉਹਦੇ ਵਿੱਚ ਉਹ ਭਾਰੀ ਮਾਤਰਾ 'ਚ ਸ਼ਰਾਬ ਲੈ ਕੇ ਅਲਕੋਹਲ ਲੈ ਕੇ ਆਉਂਦੇ ਆ ਅਤੇ ਕੋਰਟ ਇਸ ਵੇਲੇ ਉਹ ਕਹਿੰਦੇ ਵੀ ਕੋਰਟ ਇਸੇ ਖਾਂ ਤੋਂ ਲੈ ਕੇ ਅਲਕੋਹਲ ਲੈ ਕੇ ਆ ਰਹੇ ਆ ਅਤੇ ਧਰਮ ਆਪਣੇ ਪਿੰਡ ਨੂੰ ਜਾ ਰਹੇ ਆ ਜਿਸ 'ਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਆ ਉੱਥੇ ਧਰਮਕੋਟ ਕੋਟ ਇਸੇ ਖਾਂ ਰੋਡ 'ਤੇ ਜਾ ਕੇ ਨਾਕਾਬੰਦੀ ਕੀਤੀ ਹੈ ਨੂਰਪੁਰ ਹਕੀਮਾ ਜਿਹੜਾ ਬੱਸ ਅੱਡਾ ਬਣਿਆ ਉਹਦੇ ਕੋਲ ਜਿੱਥੋਂ ਉਹ ਕੈਂਟਰ ਜਿਹੜਾ ਸੀਗਾ ਉਹ ਪੁਲਿਸ ਪਾਰਟੀ ਤੋਂ 100 ਮੀਟਰ ਪਹਿਲਾਂ ਬ੍ਰੇਕ ਮਾਰੀ ਉਹਨਾਂ ਨੇ ਅਚਾਨਕ ਅਤੇ ਉਹਨਾਂ ਨੇ ਨਾਕਾ ਵੇਖ ਕੇ ਅਤੇ ਅਚਾਨਕ ਬ੍ਰੇਕ ਮਾਰਤੀ ਸੀ ਅਤੇ ਉਹ ਨੌਜਵਾਨ ਖੇਤਾਂ 'ਚ ਭੱਜ ਲਏ ਸੀਗੇ ਉਹ ਖੇਤਾਂ ਵਿੱਚ ਝੋਨਾ ਲੱਗਿਆ ਹੋਣ ਕਾਰਨ ਅਤੇ ਉਹਨਾਂ ਉਹ ਭੱਜਣ 'ਚ ਸਫਲ ਰਹੇ ਉਹਦੇ ਬਾਅਦ 'ਚ ਬਰਾਮਦ ਕੀਤੀਆਂ ਅਸੀਂ ਜਦੋਂ ਵਿੱਚ ਗੱਟੇ ਸੀਗੇ ਉਹਦੇ ਵਿੱਚ ਲਿਫਾਫਿਆਂ 'ਚ ਸੀਗੀ ਦਾਰੂ ਅਲਕੋਹਲ ਸੀਗਾ ਉਹਨਾਂ ਨੂੰ ਵਜ਼ਨ ਕੀਤਾ ਅਤੇ ਉਹ 825 ਬੋਤਲਾਂ ਹੋਈਆਂ ਜੀ ਕਰੀਬ 618 ਕੁ ਲੀਟਰ ਬਣਦੀ ਹੈ ਜੀ ਅਲਕੋਹਲ ਟੋਟਲ 825 ਬੋਤਲਾਂ ਜਿਹੜੀਆਂ ਹਾਂਜੀ 825 ਬੋਤਲਾਂ 750 ਕਾਰਵਾਈ ਕੀਤੀ ਗਈ ਹੈ ਜੀ ਹੁਣ ਉਹਨਾਂ ਦੇ ਰੇਡ ਕੀਤੇ ਜਾ ਰਹੇ ਆ ਜੀ ਜਿਨ੍ਹਾਂ ਦੇ ਨੂਰਪੁਰ ਹਕੀਮਾਂ ਦੇ ਲੋਕੀ ਆ ਜਿਹੜੇ ਵਿਅਕਤੀ ਆ ਤਿੰਨ ਉਹਨਾਂ ਦੇ ਘਰ ਰੇਡ ਕੀਤੇ ਜਾ ਰਹੇ ਆ ਪਰ ਉਹ ਹਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਉਹਨਾਂ ਨੂੰ ਕਬੂ